ਲੋਜੀ 14 ਜੁਲਾਈ ਨੂੰ ਆ ਗਈ ਹੈ ਮੂਵੀ ਕਦੇ ਦਾਦੀ ਦੀਆਂ ਤੇ ਕਦੇ ਪੋਤੀ ਦੀਆਂ ਇਸ ਮੂਵੀ ਵਿੱਚ ਹਰਸ਼ ਵਰਮਾ ਬਣੇ ਨੇ ਗੁੱਗੂ ਤੇ ਆਪਣੀ ਸਿਮੀ ਚੈਲ ਬਣੀ ਨੇ ਕਮਲ ਦੋਨੋਂ ਇੱਕ ਦੂਜੇ ਨਾਲ ਪਿਆਰ ਕਰਦੇ ਨੇ ਤੇ ਦੋਨੋਂ ਸ਼ਾਦੀ ਕਰਨ ਚਾਹੁੰਦੇ ਨੇ ਤੇ ਉਸੀ ਵੇਲੇ ਆਂਦਾ ਹੈ ਦਾਦੀ ਵਾਲਾ ਟਵਿਸਟ ਜੋ ਦੋਨੋਂ ਨੂੰ ਸ਼ਾਦੀ ਨਹੀਂ ਕਰਨ ਦੇਣਾ ਚਾਹਦੀ ਆਪ ਗੁੱਗੂ ਜੀ ਪ੍ਰਾਰਥਨਾ ਕਰਦੇ ਨੇ ਕਿ ਦਾਦੀ ਮਰ ਜਾਵੇ ਔਰ ਜੋ ਫਿਰ ਉਸਦੇ ਵਾਦ ਹੁੰਦਾ ਹੈ ਉਸਕੇ ਲਈ ਤੁਹਾਨੂੰ ਜਾਣਾ ਪੈਗਾ ਮੂਵੀ ਦੇਖਣ ਇਸ ਮੂਵੀ ਵਿੱਚ ਹਾਸ਼ ਵਰਮਾ ਔਰ ਸਿਮੀ ਚੈਲਦੀ کیਮਿਸਟਰੀ ਸਕਰੀਨ ਪਰ ਬਹੁਤ ਚੰਗੀ ਲੱਗਦੀ ਹੈ ਜਤਿੰਦਰ ਕੌਰ ਜੀ ਐਸ ਦਾਦੀ ਕੀ ਪਰਫਾਰਮੈਂਸ ਦਾ ਬੜੀ ਚੰਗੀ ਹੈ ਔਰ ਕਮਿੰਗ ਟਾਈਮਿੰਗ ਤੋਂ ਕਾਫੀ ਹੀ ਅੱਛੀ ਹੈ ਔਰ ਸਾਰੇ ਕਿਰਦਾਰ ਵੀ ਆਪਣੀ ਆਪਣੀ ਜਗ੍ਹਾ ਤੇ ਬੜੇ ਚੰਗੇ ਐਕਟਿੰਗ ਕਰਦੇ ਨੇ बीएन शर्मा अनीता देवगन प्रकाश जी सुमित गुलाटी सारे ने बड़ी चंगी एक्टिंग की थी मूवी विच कॉमेडी और इमोशन दे नाल नाल एक सोशल मैसेज भी है कि साढ़े बुजुर्ग साड़े वास्ते ब्लेसिंग होते हैं और तो और मूवी जो है वो खट्टे ते मीठे का परफेक्ट मिक्स है हूँ गल करेंगे कि डायरैक्टर लाडा सियान गुमान की यह मूवी कदे दिया तो कदे पोते दिया दियाँ तो देखनी चाहिए कि नहीं देखनी चाहिए तो साढ़े वालों तो है जी कि जरूर देखो क्योंकि हल्की पिल्की कॉमेडी फैमिली मूवी हैगी म्यूजिक भी चंगा है और, तो और एक सोशल मैसेज के साथ साथ तो कॉमेडी का तड़का भी मिल रहा है ਤੋ ਤੁਸੀਂ ਜਾਓ ਤੇ ਆਪਣਾ ਥੋੜਾ ਜਿਹਾ ਵਕਤ ਇਸ ਮੂਵੀ ਨੂੰ ਦੇਖਣ ਨਾਲ ਲਗਾਓ ਤੁਹਾਨੂੰ ਮਜ਼ਾ ਆਵੇਗਾ